ਮਹਾਰਾਜ ਕਹਿੰਦੇ ਅੰਤ ਦਾ ਸਮਾਂ ਜਦੋਂ ਆਇਆ ਨਾ, ਕਈ ਪੁੱਛਦੇ ਰਹਿੰਦੇ ਆ ਜੀ ਕੀ ਲਾਭ ਹੈ ਸੰਗਤ ਕਰਨ ਦਾ, ਕੀ ਲਾਭ ਹੈ ਨਾਮ ਦੇ ਜਪਣ ਦਾ, ਕੀ ਫਾਇਦਾ ਅੰਮ੍ਰਿਤ ਛੱਕ ਕੇ। ਮਹਾਰਾਜ ਕਹਿੰਦੇ ਅੰਤ ਪਰਮਗਤ ਭਾਵ ਹੈ, ਜਦੋਂ ਅੰਤ ਦਾ ਸਮਾਂ ਆਇਆ ਨਾ, ਤੇਰੀ ਦੇਹ ਛੁੱਟਣ ਲੱਗੀ, ਉਦੋਂ ਸੰਸਾਰ ਨਾਲੋਂ ਤੇਰਾ ਨਾਤਾ ਟੁੱਟਣਾ, ਫਿਰ ਦੂਜੇ ਲੋਕ ਨਾਲ ਨਾਤਾ ਜੁੜਨਾ, ਜਿਹੜੀਆਂ ਚੀਜ਼ਾਂ ਤੈਨੂੰ ਦਿਸਦੀਆਂ ਨਹੀਂ ਫਿਰ ਉਹ ਦਿਸਣ ਲੱਗ ਪੈਣੀਆਂ। ਹੁਣ ਤਾਂ ਕਹਿੰਦਾ ਸਭ ਪਖੰਡ ਹੈ, ਕਿੱਥੇ ਹੈ ਧਰਮ ਰਾਜਾ, ਪਰ ਬਾਣੀ ਕਹਿੰਦੀ ਹੈ ਦੁਹ ਦੀਵੀ ਬਲੰਦਿਆਂ ਮਲਕ ਬਹਿਠਾ ਆਏ। ਉਹ ਮਲਕ ਧਰਮ ਰਾਜਾ ਫਿਰ ਤੇਰੇ ਦੋਵਾਂ ਦੀਵਿਆਂ ਦੇ ਬਲਦਿਆਂ ਅੱਖਾਂ ਖੁੱਲੀਆਂ ਹੀ ਸਾਹਮਣੇ ਆ ਦਿਖਾਈ ਦਊਗਾ। ਗੜ ਲੀਤਾ ਘੱਟ ਲੂਟਿਆ ਦੀਵੜੇ ਗਿਆ ਬੁਝਾਏ, ਫਿਰ ਤੇਰਾ ਸਰੀਰ ਅੰਦਰੋਂ ਜਿਹੜਾ ਸੂਖਮ ਸਰੀਰ ਹੈ ਉਹ ਲੁੱਟ ਲੈਣਾ, ਉਹਨਾਂ ਕੱਢ ਲੈਣਾ ਬਾਹਰ, ਅਤੇ ਇਹ ਅੱਖਾਂ ਰੂਪੀ ਦੇਵੇ ਦੇਣੇ ਆ ਬੁਝਾ, ਫਿਰ ਤੈਨੂੰ ਅਗਲੀ ਦੁਨੀਆ ਪਤਾ ਲੱਗਣੀ ਹੈ, ਹੁਣ ਨਹੀਂ ਪਤਾ ਲੱਗਣੀ। ਸਤਿਗੁਰੂ ਜੀ ਕਹਿੰਦੇ ਜਦੋਂ ਅੰਤ ਦਾ ਸਮਾਂ ਆਇਆ ਉਦੋਂ ਤੈਨੂੰ ਕੇਵਲ ਮੁਕਤੀ ਦੀ ਫਿਰ ਦਾਤ ਬਖਸ਼ੇਗਾ ਇਹ ਨਾਮ ਪਰਮੇਸ਼ਰ ਦਾ। ਇਸ ਕਰਕੇ ਇੱਕ ਖਿਨ ਹੀ ਜਪ ਲੈ, ਜਪਿਆ ਕਰ ਵਾਹਿਗੁਰੂ ਦਾ ਨਾਮ। ਮਹਾਰਾਜ ਜੀ ਕਹਿੰਦੇ ਜੇ ਤੈਨੂੰ ਪਤਾ ਲੱਗ ਗਿਆ ਨਾ ਕਿ ਇੱਕ ਖਿਨ ਦਾ ਇੰਨਾ ਲਾਭ ਹੈ, ਤਾਂ ਫਿਰ ਤੂੰ ਇੱਕ ਵੀ ਸਾਹ ਨਹੀਂ ਬਿਰਥਾ ਜਾਣ ਦੇਣਾ। ਜਿਵੇਂ ਉਹ ਪ੍ਰਮਾਣ ਦਿੰਦੇ ਹੁੰਦੇ ਆ ਨਾ ਸਾਧ ਸੰਗਤ ਜੀ ਕਿ ਕਿਸੇ ਕਿਸਾਨ ਨੂੰ ਖੇਤਾਂ ਵਿੱਚ ਕੰਮ ਕਰਦਿਆਂ ਹੀਰਿਆਂ ਦੀ ਖੁਰਜੀ ਲੱਭ ਪਈ, ਉਹਨੂੰ ਗਿਆਨ ਹੀ ਨਹੀਂ ਸੀ ਕਿ ਹੀਰੇ ਆ, ਅਤੇ ਨਦੀ ਤੋਂ ਪਾਰ ਸਾਧ ਸੰਗਤ ਜੀ ਉਹਦਾ ਮੱਕੀ ਦਾ ਖੇਤ ਸੀ, ਅਤੇ ਉਹਨੇ ਕੀ ਕੀਤਾ ਕਿ ਜਾਨਵਰ ਉਡਾਉਂਦਿਆਂ ਹੀ ਗਲੇਲੇ 'ਤੇ ਚਾੜ ਕੇ ਸਾਰੇ ਹੀਰੇ ਚਲਾ ਛੱਡੇ, ਬਰਬਾਦ ਹੀ ਕਰ ਛੱਡੇ, ਨਦੀ 'ਚ ਹੀ ਸਿੱਟ ਦਿੱਤੇ ਸਾਰੇ। ਅਤੇ ਉਹਦੀ ਘਰਵਾਲੀ ਆਈ ਰੋਟੀ ਲੈ ਕੇ, ਅਤੇ ਇੱਕ ਰਹਿ ਗਿਆ ਸੀਗਾ ਉਹ ਪ੍ਰਸ਼ਾਦਾ ਛਕੇ, ਅਤੇ ਉਹ ਕਹਿੰਦੀ ਬੜਾ ਚਮਕੀਲਾ ਪੱਥਰ ਹੈ ਘਰ ਲੈ ਜਾ। ਕਹਿੰਦਾ ਭਰੀ ਸੀ ਆ ਤਾਂ ਖੁਰਜੀ ਮੈਂ ਸਾਰੇ ਹੀ ਚੜ੍ਹਾ ਕੇ ਚਲਾਏ, ਲੈ ਜਾ। ਉਹ ਜਦੋਂ ਮੈਲੀਆਂ ਕੁਚੈਲੀਆਂ ਲੀਰਾਂ 'ਚ ਲਪੇਟਿਆ ਹੀਰਾ ਲੈ ਕੇ ਤੁਰੀ ਜਾਂਦੀ ਹੈ, ਰਸਤੇ 'ਚ ਜੌਹਰੀ ਦੀ ਦੁਕਾਨ, ਉਹਦੀ ਨਿਗਾਹ ਪੈ ਗਿਆ ਲੀਰਾਂ ਵਿੱਚ ਲਪੇਟਿਆ ਹੋਇਆ ਹੀਰਾ, ਉਹਦੀ ਚਮਕ ਵੇਖ ਕੇ ਉਹਨੇ ਬੀਬੀ ਨੂੰ ਬੁਲਾਇਆ। ਕਹਿੰਦਾ ਬੀਬਾ ਇਹ ਕੀ ਹੈ ਤੇਰੇ ਕੋਲ? ਉਹਨੇ ਕੱਢ ਕੇ ਵਿਖਾਇਆ, ਅਤੇ ਉਹਨੇ ਉਸੇ ਵੇਲੇ ਉਹਦੇ ਦਰਸ਼ਨਾਂ ਦੀ ਭੇਟਾ ਕੱਢ ਕੇ ਰੱਖੀ। ਕਹਿੰਦਾ ਇਹਦੀ ਕੀਮਤ ਤਾਂ ਦਿੱਤੀ ਨਹੀਂ ਜਾ ਸਕਦੀ, ਜੋ ਤੂੰ ਕਹੇ ਮੈਂ ਇਹਦੀ ਕੀਮਤ ਦੇਣ ਨੂੰ ਤਿਆਰ ਹਾਂ। ਉਹਦੇ ਮੂੰਹ ਮੰਗੀ ਰਕਮ ਲੈ ਲਈ। ਜਦੋਂ ਕਿਸਾਨ ਘਰੇ ਆਇਆ ਅਤੇ ਪੁੱਛਦਾ ਇੰਨੀ ਆ ਮੋਹਰਾਂ ਇੰਨੀ ਮਾਇਆ ਕਿਵੇਂ ਆ ਗਈ ਸਾਰੀ ਜ਼ਿੰਦਗੀ 'ਚ, ਕਿ ਕਈ ਜਨਮ ਨਹੀਂ ਕਮਾ ਸਕਦੇ? ਕਹਿੰਦੀ ਉਹ ਜਿਹੜਾ ਪੱਥਰ ਦਿੱਤਾ ਸੀ ਉਹਦੇ ਬਦਲੇ ਆਈ ਹੈ, ਅਤੇ ਫਿਰ ਕੰਧਾਂ ਨਾਲ ਟੱਕਰਾਂ ਮਾਰ ਮਾਰ ਕੇ ਮਰ ਗਿਆ ਕਿ ਇੱਕ ਦੇ ਬਦਲੇ ਇੰਨਾ ਲਾਭ, ਅਤੇ ਮੈਂ ਤਾਂ ਸਾਰੇ ਇੰਨੇ ਭਰੇ ਉਹ ਜਿਹੜਾ ਖੁਰਜੀ ਸੀਗੀ ਸਾਰੇ ਬਰਬਾਦ ਕੀਤੇ। ਜਦੋਂ ਜੀਵ ਪਰਲੋਕ ਵਿੱਚ ਜਾਂਦਾ ਨਾ, ਇਹਨੂੰ ਸਾਧ ਸੰਗਤ ਜੀ ਜਿਹੜੇ ਸਵਾਸ ਹੈ ਨਾ, ਜਿਸ ਸਵਾਸ ਨਾਲ ਵਾਹਿਗੁਰੂ ਆਖਿਆ ਉਹਦਾ ਫਿਰ ਇਹਨੂੰ ਮੁੱਲ ਉੱਥੇ ਜਾ ਕੇ ਪਤਾ ਲੱਗਦਾ ਵੀ ਹੀਰੇ ਵਰਗਾ ਸਵਾਸ ਐਡਾ ਅਮੋਲਕ, ਇਹਦੇ ਬਦਲੇ ਜੋ ਮਰਜ਼ੀ ਬਕੁੰਠ ਦੀ ਮੁਕਤੀ ਮਿਲ ਸਕਦੀ ਹੈ, ਅਤੇ ਮਨਾ ਤੂੰ ਇੰਨੇ ਹੀਰਿਆਂ ਵਰਗੇ ਸਵਾਸ ਕਾਹਨੂੰ ਆਸਾ ਰੂਪੀ ਨਦੀ 'ਚ ਰੋੜ ਦਿੱਤੇ ਸਾਰੇ? ਕਿਉਂ ਵਿਸ਼ਿਆਂ ਵਿਕਾਰਾਂ ਦੀ ਨਦੀ 'ਚ ਸਾਰੇ ਸਵਾਸ ਰੋੜ ਦਿੱਤੇ? ਕਿਉਂ ਫਜ਼ੂਲ ਕੰਮਾਂ 'ਚ ਸਾਰੇ ਸਵਾਸ ਲਾ ਦਿੱਤੇ? ਕਿਉਂ ਨਹੀਂ ਤੂੰ ਜਪਿਆ ਸਤਨਾਮ ਸ਼੍ਰੀ ਵਾਹਿਗੁਰੂ? ਉਦੋਂ ਮਨ ਦੇ ਅੰਦਰ ਫਿਰ ਸਾਧ ਸੰਗਤ ਜੀ ਜਾਗਰਤੀ ਆਉਂਦੀ ਹੈ। ਮਹਾਰਾਜ ਜੀ ਕਹਿੰਦੇ ਤੂੰ ਇੱਕ ਖੇਨੀ ਜਪ ਲੈ ਪਿਆਰ ਨਾਲ ਜੁੜ ਕਰਕੇ, ਅਤੇ ਤੇਰੇ ਸਾਰੇ ਕੀਤੇ ਜਨਮਾਂ ਜਨਮਾਂਤਰਾਂ ਦੇ ਪਾਪ ਨਾਸ਼ ਹੋ ਜਾਣਗੇ, ਅੰਤ ਨੂੰ ਤੂੰ ਪਰਮ
ਪਦਵੀ ਨੂੰ ਕੇਵਲ ਮੁਕਤੀ ਨੂੰ ਮਹਾਰਾਜ ਕਹਿੰਦੇ ਪ੍ਰਾਪਤ ਹੋ ਜਾਵੇਗਾ। ਸੱਚ ਨਾਲ ਤੇਰਾ ਗੰਢ ਲਾਗਾ। ਫਿਰ ਨਾਮ ਇਹੋ ਜਿਹਾ ਸ਼ਕਤੀਸ਼ਾਲੀ ਹੈ ਕਿ ਸੱਚੇ ਵਾਹਿਗੁਰੂ ਨਾਲ ਤੇਰੀ ਗੰਢ ਲਾ ਦਿੰਦਾ, ਤੇਰਾ ਮਿਲਾਪ ਕਰਾਉਣ ਵਾਲਾ ਹੈ। ਹੁਣ ਤਾਂ ਤੂੰ ਟੁੱਟਿਆ ਪਿਆ ਸੰਸਾਰ ਵੱਲ ਨੂੰ ਲੱਗਾ ਹੋਇਆ, ਸੰਸਾਰ ਦੀਆਂ ਗੱਲਾਂ ਜਿੰਨੀਆਂ ਮਰਜ਼ੀ ਪੁੱਛੋ, ਚੀਨ ਮਚੀਨ ਸਭ ਜਾਣਦਾ ਕਿੱਥੇ ਕੀ ਹੁੰਦਾ, ਪਰਮਾਰਥ ਦਾ ਕੱਖ ਨਹੀਂ ਪਤਾ, ਬਿਲਕੁਲ ਹਨੇਰਾ ਹੈ, ਟੁੱਟਿਆ ਹੀ ਹੋਇਆ ਜਦੋਂ ਪਰਮੇਸ਼ਰ ਨਾਲੋਂ। ਅਤੇ ਜੇ ਮਹਾਰਾਜ ਕਹਿੰਦੇ ਤੂੰ ਜਪੇ ਨਾਮ ਅਤੇ ਵਾਹਿਗੁਰੂ ਨਾਮ ਜਪਿਆ ਹੋਇਆ ਤੇਰਾ ਵਾਹਿਗੁਰੂ ਨਾਲ ਗੰਢ ਪਾ ਦੇਗਾ, ਪਰਮੇਸ਼ਰ ਨਾਲ ਤੇਰਾ ਜੋੜ ਪੈ ਜਾਏਗਾ, ਤੈਨੂੰ ਵਾਹਿਗੁਰੂ ਦੇ ਘਰ ਦੀਆਂ ਗੱਲਾਂ ਆਉਣ ਲੱਗ ਜਾਣਗੀਆਂ, ਪਰਮੇਸ਼ਰ ਦੀਆਂ ਬਾਤਾਂ ਕਰਨ ਲੱਗ ਜਾਵੇਂਗਾ, ਉਹਦੇ ਪਿਆਰ ਵਿੱਚ ਭਿੱਜਿਆ ਹੋਇਆ ਜਦੋਂ ਤੂੰ ਬੋਲੇਗਾ ਨਾ ਤੇ ਅੰਮ੍ਰਿਤ ਵਰੇਗਾ ਤੇਰੇ ਮੁੱਖ ਤੋਂ, ਇਹੋ ਜਿਹੀ ਤੇਰੇ ਅੰਦਰ ਅਸਚਰਜ ਕਲਾ ਵਰਤੇਗੀ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਵਾਹਿਗੁਰੂ ਦੇ ਸ਼ਬਦ ਦੀ ਸ਼ਕਤੀ ਹੈ, ਤੇਰਾ ਸੱਚੇ ਨਾਲ ਗੰਢ ਪਾ ਦੇਵੇਗਾ ਗੁਰੂ ਜੀ ਦਾ ਮੰਤਰ, ਵਾਹਿਗੁਰੂ ਨਾਲ ਤੇਰਾ ਜੋੜ ਪੈ ਜਾਵੇਗਾ।